आलू का मसाला जी, आलू और साथ ही चटनी, टमाटर की चटनी, टमाटर की चटनी, टमाटर प्याज हरी मिर्चें पुदीना धनिया ठीक। पालक पालक जी, पालक है सही। पालक जो साग है जी, आजकल साग मिल रहा है, पालक पालक है, क्रीम होती है ठीक, क्रीम होती है ठीक। आटा जी,
6 ਸਾਲ ਵਾਸਤੇ ਬਣਾਏ ਅਸਲਾਮ ਅਲੈਕਮ ਜੀ ਵਾਲੇਕਮ ਅਸਲਾਮ ਭਾਈ ਦਾ ਨਾਮ ਕੀ ਹੈ ਜੀ ਅਮਰ ਪਹਿਲਵਾਨ ਅਮਰ ਪਹਿਲਵਾਨ ਜੀ ਪਰਾਠੇ ਵਾਲਾ ਜੀ ਅਮਰ ਭਾਈ ਯਹਾਂ ਕਾ ਡਰੈਸ ਕਿਆ ਹੈ ਯੱਕੀ ਗੇਟ ਲਾਹੌਰ ਅੰਦਰੂਨ ਲਾਹੌਰ ਯੱਕੀ ਗੇਟ ਠੀਕ ਅਮਰ ਭਾਈ ਟਾਈਮਿੰਗ ਕਿਆ ਹੈ ਕਿੰਨੇ ਵਜੇ ਆਤੇ ਹੈ ਸੁਬਹ 4 ਵਜੇ ਸੇ ਲੈ ਕੇ 10 ਵਜੇ ਤੱਕ ਸੁਬਹ 4 ਸੇ 10 ਵਜੇ ਤੱਕ ਜੀ ਠੀਕ ਤਾਂ ਕੌਣ ਕੌਣ ਸਾ ਪਰਾਠਾ ਹੈ ਉਹ ਤਾਂ ਪਰਾਠਾ ਚਾਏ ਵਾਲੇ ਕੇ ਸਾਹਮਣੇ ਬੈਠਾ ਹੈ ਆਲੂ ਵਾਲਾ ਪਰਾਠਾ ਹੁੰਦਾ ਹੈ ਜੀ ਔਰ ਸਾਦਾ ਪਰਾਠਾ ਹੁੰਦਾ ਹੈ ਜੀ ਔਰ ਮੂਲੀ ਵਾਲਾ ਹੁੰਦਾ ਹੈ ਔਰ ਕੀਮੇ ਵਾਲਾ ਹੈ ਸਹੀ ਇਹ ਚਟਨੀ ਕਿਸ ਕਿਸ ਦੀ ਚੀਜ਼ ਕੀ ਹੈ ਇਹ ਚਟਨੀ ਬਣ ਟਮਾਟਰ ਪਿਆਜ਼ ਹਰੀਆ ਮਿਰਚਾ ਪੁਦੀਨਾ ਧਨੀਆ ਹੁੰਦਾ ਹੈ ਠੀਕ ਹਰਾ ਧਨੀਆ ਹੁੰਦਾ ਹੈ ਟਮਾਟਰ ਹੁੰਦੇ ਨੇ ਪਿਆਜ਼ ਹੁੰਦੇ ਨੇ ਸਹੀ ਔਰ ਪਾਲਕ ਦਾ ਸਾਗ ਜੀ ਅੱਜ ਕੱਲ੍ਹ ਪਾਲਕ ਹੈਗੀ ਹੈ ਅੱਜ ਕੱਲ੍ਹ ਪਾਲਕ ਆ ਰਹੀ ਹੈ ਪਾਲਕ ਦਾ ਸਾਗ ਹੈ ਸਰਦੀਆਂ 'ਚ ਸਾਗ ਹੁੰਦਾ ਹੈ ਠੀਕ ਅੱਜ ਕੱਲ੍ਹ ਪਾਲਕ ਹੈ ਸਹੀ ਕਿਤਨੇ ਦਾ ਪਰਾਠਾ ਹੈ 60 ਰੁਪਏ ਦਾ 60 ਰੁਪਏ ਦਾ ਜੀ ਰੇਟ ਸੇਮ ਹੀ ਹੈ ਆਲੂ ਦਾ ਨਹੀਂ ਨਹੀਂ ਕੀਮੇ ਵਾਲਾ 80 ਰੁਪਏ ਦਾ ਕੀਮੇ ਵਾਲਾ 80 ਦਾ ਜੀ ਬਾਕੀ ਮੂਲੀ ਵਾਲਾ 60 ਰੁਪਏ ਦਾ ਸਾਦਾ 60 ਰੁਪਏ ਦਾ ਆਲੂ ਵਾਲਾ 60 ਰੁਪਏ ਇੱਕ ਹੀ ਰੇਟ ਹੈ ਸਹੀ ਆਲੂ ਜੀ ਆਲੂ ਦਾ ਮਸਾਲਾ ਜੀ ਜੀ ਆਲੂ ਹੈ ਠੀਕ ਇਹ ਚਟਨੀ ਹੈ ਜੀ ਇਹ ਚਟਨੀ ਇਹ ਚਟਨੀ ਹੈ ਜੀ ਜੀ ਇਹ ਪਾਲਕ ਪਾਲਕ ਇਹ ਪਾਲਕ ਜੀ ਠੀਕ ਯਾਰ ਦੋ ਫੱਟੀਆਂ ਵੀ ਲਾਈ ਤਾਂ ਅਮਰ ਭਾਈ ਕਬ ਸੇ ਲਗਾ ਰਹੇ ਹੈ ਤਕਰੀਬਨ ਹਮੇ 40-50 ਸਾਲ ਹੋ ਗਏ ਹੈ 40-50 ਸਾਲ ਜੀ ਠੀਕ ਆਹੋ ਅਬਦੁੱਲਾ ਲਾਇਆ ਤੇਰਾ ਬੈਠ ਬੈਠ ਹੋਰ ਅਫਜ਼ਲ ਤੂੰ ਦਿਨਾ ਤਾਂ ਇਹੀ ਹੈ ਜੀ ਆ ਗਿਆ